ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਵਿੱਚ ਮੈਂ ਇੰਪੋਰਟੈਂਟ ਟੌਪਿਕ ਲੈ ਕੇ ਆਏ ਹਾਂ ਕੌਨਸਟੇਬਲ ਵਾਲਿਆਂ ਲਈ ਕੌਨਸਟੇਬਲ ਦੇ ਸਿਲੇਬਸ ਵਿੱਚ ਜੋ ਜੀਕੇ ਦਾ ਪਾਰਟ ਹੈ 35 ਨੰਬਰ ਦੀ ਤੁਹਾਨੂੰ ਜੀਕੇ ਆਉਣੀ ਹੈ ਉਸ ਦੇ ਵਿੱਚ ਪੋਲਿਟੀ ਪੰਜਾਬ ਜੀਕੇ ਪੰਜਾਬ ਹਿਸਟਰੀ ਐਂਡ ਕਲਚਰ ਕਰੰਟ ਅਫੇਅਰਸ ਇਹ ਸਾਰਾ ਕੁਝ ਮਿਲਾ ਕੇ 35 ਨੰਬਰ ਦਾ ਆਉਣਾ ਹੈ ਪੋਲਿਟੀ ਦੇ ਕਾਫੀ ਤੁਹਾਨੂੰ ਕੁਐਸਚਨ ਪੇਪਰ ਵਿੱਚ ਆਉਣੇ ਆ ਲਗਭਗ ਤੁਸੀਂ ਮੰਨ ਕੇ ਚੱਲੋ ਕਿ 15 ਦੇ ਕਰੀਬ ਤੁਹਾਨੂੰ ਪੋਲਿਟੀ ਦੇ ਕੁਐਸਚਨ ਆ ਸਕਦੇ ਆ ਸੋ ਤੁਹਾਡੇ ਜੋ ਸਿਲੇਬਸ ਦੇ ਵਿੱਚ ਇਹ ਦਿੱਤਾ ਹੋਇਆ ਹੈ ਕਨਸਟੀਟਿਊਸ਼ਨ ਐਂਡ ਇਟਸ ਫੀਚਰ ਇਸ ਨਾਲ ਰਿਲੇਟਡ ਮੈਂ ਅੱਜ ਕੁਐਸਚਨ ਤੁਹਾਨੂੰ ਕਰਵਾਉਂਗਾ ਸਾਰੇ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਹਨਾਂ ਵਿੱਚੋਂ ਤੁਹਾਨੂੰ ਦੋ ਕੁਐਸਚਨ ਘੱਟੋ ਘੱਟ ਆ ਸਕਦੇ ਆ ਸੋ ਵੀਡੀਓ ਨੂੰ ਧਿਆਨ ਨਾਲ ਦੇਖਿਓ ਜੇ ਤੁਸੀਂ ਕਾਂਸਟੇਬਲ ਤੋਂ ਇਲਾਵਾ ਕੋਈ ਹੋਰ ਵੀ ਪੇਪਰ ਦੇਣਾ ਹੈ ਤਾਂ ਵੀ ਇਸ ਵੀਡੀਓ ਨੂੰ ਧਿਆਨ ਨਾਲ ਦੇਖਿਓ ਕਿਉਂਕਿ ਕਨਸਟੀਟਿਊਸ਼ਨ ਨਾਲ ਰਿਲੇਟਡ ਕੁਐਸਚਨ ਹਰੇਕ ਪੇਪਰ ਵਿੱਚ ਆਉਂਦੇ ਹੀ ਆਉਂਦੇ ਆ ਠੀਕ ਹੈ ਕਾਂਸਟੇਬਲ ਵਾਲਿਆਂ ਲਈ ਮੈਂ ਪਲੇਲਿਸਟ ਲੱਗ ਤੋਂ ਵੀ ਬਣਾ ਦਿੱਤੀ ਹੈ ਤੁਸੀਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪਲੇਲਿਸਟ ਵਿੱਚ ਜਾ ਕੇ ਸਾਰੀਆਂ ਵੀਡੀਓਜ਼ ਦੇਖ ਲਿਓ ਅਤੇ ਤੁਹਾਡੇ ਮੌਕ ਟੈਸਟ ਵੀ ਹਫ਼ਤੇ ਵਿੱਚ 2 ਜਾਂ 3 ਮੌਕ ਟੈਸਟ ਲਈ ਜਾਣਗੇ ਕਨਸਟੇਬਲ ਦੇ ਠੀਕ ਹੈ ਜੇ ਤੁਸੀਂ ਕਨਸਟੇਬਲ ਦੇ ਪੇਪਰ ਦੀ ਤਿਆਰੀ ਫ੍ਰੀ ਵਿੱਚ ਅਤੇ ਟੋਪਿਕ ਵਾਈਜ਼ ਕਰਨੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਹੈ ਚਲੋ ਆਪਾਂ ਸ਼ੁਰੂ ਕਰਦੇ ਹਾਂ ਇਸ ਵੀਡੀਓ ਨੂੰ ਭਾਰਤੀ ਸੰਸਦ ਵਿੱਚ ਸ਼ਾਮਿਲ ਹੈ ਭਾਰਤੀ ਸੰਸਦ ਵਿੱਚ ਕੀ ਕੀ ਸ਼ਾਮਿਲ ਹੈ ਜੋ ਮੈਂ ਤੁਹਾਨੂੰ ਕੁਐਸਚਨ ਕਰਵਾਉਣਾ ਹੈ ਉਹਨੂੰ ਧਿਆਨ ਨਾਲ ਕਰਿਆ ਕਰੋ ਕਿਉਂਕਿ ਪਟਵਾਰੀ ਦੇ ਪੇਪਰ ਵਿੱਚ ਮੇਰੇ ਕਰਵਾਏ ਹੋਏ 60 ਤੋਂ 70% ਕੁਐਸਚਨ ਆਏ ਆ ਠੀਕ ਹੈ ਕੌਨਸਟੇਬਲ ਵਿੱਚ ਵੀ ਇਹਨਾਂ ਵਿੱਚੋਂ ਤੁਹਾਨੂੰ ਕੁਐਸਚਨ ਆ ਜਾਣੇ ਬਿਲਕੁਲ ਫ੍ਰੀ ਦੇ ਵਿੱਚ ਤੁਹਾਨੂੰ ਵਧੀਆ ਕੁਐਸਚਨ ਮੈਂ ਕਰਵਾ ਰਿਹਾ ਹਾਂ ਜੋ ਪੇਪਰ ਵਿੱਚ ਆ ਸਕਦੇ ਆ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਇਸ ਦਾ ਸਹੀ ਉੱਤਰ ਹੋ ਜਾਏਗਾ ਆਪਸ਼ਨ A ਇੱਥੇ ਮੈਂ E ਆਪਸ਼ਨ ਤੁਹਾਨੂੰ ਸਮਝਾਉਣ ਲਈ ਲਿਖੀ ਆ ਠੀਕ ਹੈ ਪੇਪਰ ਵਿੱਚ ਤੁਹਾਨੂੰ ਚਾਰ ਹੀ ਆਪਸ਼ਨ ਹੋਣਗੇ A B C D ਠੀਕ ਹੈ ਅਤੇ ਪੇਪਰ ਤੁਹਾਡਾ OMR ਸ਼ੀਟ ਤੇ ਹੋਏਗਾ ਠੀਕ ਹੈ ਜੋ ਸਬ ਇੰਸਪੈਕਟਰ ਦਾ ਪੇਪਰ ਹੋ ਰਿਹਾ ਹੈ ਉਹ ਕੰਪਿਊਟਰ ਤੇ ਹੋ ਰਿਹਾ ਪਰ ਕਨਸਟੇਬਲ ਦਾ ਪੇਪਰ ਹੈ ਜਿਹੜਾ ਉਹ OMR ਸ਼ੀਟ ਤੇ ਹੋਣਾ ਹੈ ਕੰਪਿਊਟਰ ਤੇ ਨਹੀਂ ਹੋਣਾ ਇਸ ਦਾ ਰਾਈਟ ਆਨਸਰ ਹੋ ਜਾਏਗਾ ਲੋਕ ਸਭਾ ਰਾਜ ਸਭਾ ਤੇ ਰਾਸ਼ਟਰਪਤੀ ਇਹ ਤਿੰਨੋਂ ਸ਼ਾਮਿਲ ਹਨ ਸੰਸਦ ਦੇ ਵਿੱਚ অপਸ਼ਨ E ਰਾਈਟ ਆਨਸਰ ਹੋ ਜਾਏਗਾ ਅਗਲਾ ਕੁਐਸਚਨ ਭਾਰਤ ਦੀ ਸੰਸਦ ਦਾ ਸੰਵਿਧਾਨ ਦੇ ਕਿਸ ਆਰਟੀਕਲ ਵਿੱਚ ਉਲੇਖ ਹੈ ਭਾਰਤ ਦੀ ਸੰਸਦ ਦਾ ਕਿਸ ਆਰਟੀਕਲ ਵਿੱਚ ਉਲੇਖ ਹੈ ਕਾਫੀ ਇੰਪੋਰਟੈਂਟ ਕੁਐਸਚਨ ਹੈ ਇਸ ਦਾ ਰਾਈਟ ਆਨਸਰ ਹੋ ਜਾਏਗਾ ਆਰਟੀਕਲ 79 ਠੀਕ ਹੈ ਇਸ ਨੂੰ ਤੁਸੀਂ ਕਿਵੇਂ ਯਾਦ ਰੱਖ ਸਕਦੇ ਹੋ ਸੰਸਦ ਪੁੱਛਿਆ ਗਿਆ ਹੈ ਸੰਸਦ ਦਾ ਕਿਸ ਆਰਟੀਕਲ ਵਿੱਚ ਉਲੇਖ ਹੈ ਸਭ ਤੋਂ ਪਹਿਲਾਂ ਆਪਾਂ ਨੇ ਇਸ ਨੂੰ ਤੋੜ ਲੈਣਾ ਹੈ ਸ ਉਸ ਤੋਂ ਬਾਅਦ ਸ ਐਂਡ ਦ ਸਸਾ ਸਸੇ ਤੇ ਤੁਸੀਂ ਯਾਦ ਰੱਖਣਾ ਹੈ 7 ਠੀਕ ਹੈ ਸਸੇ ਤੋਂ 7 ਬਣ ਗਿਆ ਉਸ ਤੋਂ ਬਾਅਦ ਆਪਣੇ ਕੋਲ ਰਹਿ ਗਿਆ ਸਸਾ ਅਤੇ ਦਦਾ ਠੀਕ ਹੈ ਕਿੰਨੇ ਅੱਖਰ ਰਹਿ ਗਏ 2 ਉਸ ਤੋਂ ਬਾਅਦ ਤੁਸੀਂ 7 ਦੇ ਵਿੱਚ 2 ਪਲੱਸ ਕਰ ਦੇਣੇ ਕਿੰਨੇ ਬਣ ਗਏ 9 ਠੀਕ ਹੈ 7 7 ਨੂੰ ਪਹਿਲਾਂ ਇੱਧਰ ਲਿਖ ਲੈਣਾ ਤੇ 7 ਵਿੱਚ 2 ਪਲੱਸ ਕਰਕੇ ਕਿੰਨੇ ਹੋਗੇ 9 ਠੀਕ ਹੈ ਸੋ ਬਣ ਗਿਆ 79 ਸੋ ਰਾਈਟ ਆਨਸਰ ਹੋ ਜਾਏਗਾ 79 ਆਰਟੀਕਲ 79 ਇਸ ਤਰ੍ਹਾਂ ਤੁਸੀਂ ਇਸ ट्रिक ਨਾਲ ਯਾਦ ਰੱਖ ਸਕਦੇ ਹੋ ਇਸ ਨੂੰ ਠੀਕ ਹੈ ਪੇਪਰ ਵਿੱਚ ਤੁਹਾਨੂੰ ਇਹ ਕੁਐਸਚਨ ਆ ਸਕਦਾ ਹੈ ਇਹ ਕਾਫੀ ਇੰਪੋਰਟੈਂਟ ਕੁਐਸਚਨ ਹੈ ਭਾਰਤੀ ਸੰਸਦ ਦੇ ਕਿਸ ਅਨੁਛੇਦ ਵਿੱਚ ਰਾਜ ਸਭਾ ਦਾ ਜ਼ਿਕਰ ਕੀਤਾ ਗਿਆ ਹੈ ਕਿਹੜੇ ਅਨੁਛੇਦ ਵਿੱਚ ਰਾਜ ਸਭਾ ਦਾ ਜ਼ਿਕਰ ਕੀਤਾ ਗਿਆ ਹੈ ਸਹੀ ਉੱਤਰ ਹੋ ਜਾਏਗਾ ਅਨੁਛੇਦ 80 ਠੀਕ ਹੈ ਸੰਸਦ ਦਾ ਕੀਤਾ ਗਿਆ ਹੈ ਉਲੇਖ 79 ਦੇ ਵਿੱਚ ਅਤੇ ਰਾਜ ਸਭਾ ਦਾ 80 ਦੇ ਵਿੱਚ ਭਾਰਤੀ ਸੰਸਦ ਦੇ ਇਸ ਅਨੁਛੇਦ ਵਿੱਚ ਹੇਠਲੇ ਸਦਨ ਦਾ ਜ਼ਿਕਰ ਕੀਤਾ ਗਿਆ ਹੈ ਹੇਠਲਾ ਸਦਨ ਕਿਹੜਾ ਹੁੰਦਾ ਹੈ ਹੇਠਲਾ ਸਦਨ ਹੁੰਦਾ ਹੈ ਲੋਕ ਸਭਾ ਠੀਕ ਹੈ ਅਤੇ ਉੱਪਰਲਾ ਸਦਨ ਹੁੰਦਾ ਹੈ ਰਾਜ ਸਭਾ ਇਸ ਦਾ ਸਹੀ ਉੱਤਰ ਹੋ ਜਾਏਗਾ ਆਪਸ਼ਨ ਸੀ ਅਨੁਛੇਦ 81 ਠੀਕ ਹੈ ਇਹ ਤੁਸੀ ਯਾਦ ਰੱਖਣਾ ਹੈ ਸਭ ਤੋਂ ਪਹਿਲਾਂ ਕਿਹੜਾ ਇਹ ਸੰਸਦ ਦਾ ਉਸ ਤੋਂ ਬਾਅਦ ਰਾਜ ਸਭਾ ਫਿਰ ਲੋਕ ਸਭਾ ਠੀਕ ਹੈ ਅ ਤੁਸੀਂ ਉੱਪਰਲੇ ਤੇ ਹੇਠਲੇ ਸਦਨ ਨੂੰ ਕਿਵੇਂ ਯਾਦ ਰੱਖ ਸਕਦੇ ਹੋ ਪੇਪਰ ਵੀ ਤੁਹਾਨੂੰ ਹੇਠਲਾ ਜਾਂ ਉੱਪਰਲਾ ਸਦਨ ਲਿਖ ਕੇ ਵੀ ਕੁਐਸਚਨ ਆ ਸਕਦਾ ਹੈ ਉੱਪਰ ਉੱਪਰਲੇ ਨੂੰ ਤੁਸੀਂ ਇਸ ਤਰ੍ਹਾਂ ਯਾਦ ਰੱਖ ਸਕਦੇ ਹੋ ਰਾਜਾ ਠੀਕ ਹੈ ਰਾਜ ਸਭਾ ਤੋਂ ਰਾਜਾ ਰਾਜਾ ਕੀ ਹੁੰਦਾ ਹੈ ਉੱਪਰ ਹੁੰਦਾ ਹੈ ਠੀਕ ਹੈ ਤੋ ਰਾਜ ਸਭਾ ਹੈ ਉੱਪਰਲਾ ਸਦਨ ਅਤੇ ਹੇਠਲਾ ਸਦਨ ਲੋਕ ਸਭਾ ਲੋਕ ਕੀ ਹੁੰਨੇ ਆ ਰਾਜੇ ਤੋਂ نیچے ਹੁੰਨੇ ਆ ਤਾਂ ਤੁਸੀਂ ਇਸ ਤੋਂ ਯਾਦ ਰੱਖ ਸਕਦੇ ਹੋ ਕਿ ਜਿਹੜਾ ਲੋਕ ਸਭਾ ਹੈ ਉਹ ਹੈ ਹੇਠਲਾ ਸਦਨ ਅਤੇ ਉੱਪਰਲਾ ਸਦਨ ਆ ਜੋ ਉਹ ਹੈ ਰਾਜ ਸਭਾ ਕਿਉਂਕਿ ਰਾਜਾ ਰਾਜੇ ਦਾ ਓਦਾ ਉੱਚਾ ਹੁੰਦਾ ਹੈ ਠੀਕ ਹੈ ਤੋ ਇਸ ਆਸਾਨ ਟ੍ਰਿਕ ਨਾਲ ਤੁਸੀਂ ਇਹ ਵੀ ਯਾਦ ਰੱਖ ਸਕਦੇ ਹੋ ਨੈਕਸਟ ਕੁਐਸਚਨ ਲੋਕ ਸਭਾ ਦੇ ਮੈਂਬਰਾਂ ਦਾ ਕਾਰਜਕਾਲ ਕਿੰਨਾ ਹੁੰਦਾ ਹੈ ਲੋਕ ਸਭਾ ਦੇ ਮੈਂਬਰਾਂ ਦਾ ਕਾਰਜਕਾਲ ਕਿੰਨਾ ਹੁੰਦਾ ਹੈ 5 ਸਾਲ ਨੈਕਸਟ ਕੁਐਸਚਨ ਲੋਕ ਸਭਾ ਦੇ ਮੈਂਬਰਾਂ ਦੀ ਚੋਣ ਕੌਣ ਕਰਦਾ ਹੈ ਲੋਕ ਸਭਾ ਦੇ ਮੈਂਬਰਾਂ ਦੀ ਚੋਣ ਕੌਣ ਕਰਦਾ ਹੈ ਲੋਕ ਸਭਾ ਦੇ ਮੈਂਬਰਾਂ ਦੀ ਚੋਣ ਲੋਕਾਂ ਦੁਆਰਾ ਕੀਤੀ ਜਾਂਦੀ ਹੈ ਠੀਕ ਹੈ ਲੋਕ ਸਭਾ ਤੋਂ ਤੁਸੀਂ ਯਾਦ ਰੱਖ ਸਕਦੇ ਹੋ ਲੋਕਾਂ ਦੁਆਰਾ অপਸ਼ਨ ਸੀ ਨੈਕਸਟ ਕੁਐਸਚਨ ਲੋਕ ਸਭਾ ਦਾ ਮੈਂਬਰ ਬਣਨ ਲਈ ਕੀ ਯੋਗਤਾ ਚਾਹੀਦੀ ਹੈ ਘੱਟੋ ਘੱਟ ਕੀ ਯੋਗਤਾ ਚਾਹੀਦੀ ਹੈ ਲੋਕ ਸਭਾ ਦਾ ਮੈਂਬਰ ਬਣਨ ਲਈ ਇਸ ਦਾ ਸਹੀ ਉੱਤਰ ਹੋ ਜਾਏਗਾ অপਸ਼ਨ A ਅਤੇ B ਉਹ ਭਾਰਤ ਦਾ ਨਾਗਰਿਕ ਹੋਵੇ ਅਤੇ ਉਮਰ ਉਸ ਦੀ ਘੱਟੋ ਘੱਟ 25 ਸਾਲ ਹੋਵੇ ਲੋਕ ਸਭਾ ਦਾ ਮੈਂਬਰ ਬਣਨ ਲਈ ਨੈਕਸਟ ਕੁਐਸਚਨ ਲੋਕ ਸਭਾ ਵਿੱਚ ਮੈਂਬਰਾਂ ਦੀ ਵੱਧ ਤੋਂ ਵੱਧ ਗਿਣਤੀ ਕਿੰਨੀ ਹੁੰਦੀ ਹੈ ਬਾਦ ਤੋਂ ਬਾਅਦ ਕਿੰਨੀਆਂ ਸੀਟਾਂ ਹੁੰਦੀਆਂ ਲੋਕ ਸਭਾ ਦੇ ਵਿੱਚ 552 ਠੀਕ ਹੈ ਯਾਦ ਰੱਖਿਓ 552 ਜਿਹੜੀਆਂ ਸੀਟਾਂ ਇਹ ਲੋਕ ਸਭਾ ਦੇ ਵਿੱਚ ਮੈਂਬਰਾਂ ਦੀਆਂ ਹੁੰਦੀਆਂ ਹਨ ਨੈਕਸਟ ਕੁਐਸਚਨ ਲੋਕ ਸਭਾ ਦੀ ਪਹਿਲੀ ਮਹਿਲਾ ਸਪੀਕਰ ਕੌਣ ਹੈ ਪਹਿਲੀ ਮਹਿਲਾ ਸਪੀਕਰ ਕੌਣ ਹੈ ਲੋਕ ਸਭਾ ਦੀ ਮੀਰਾ ਕੁਮਾਰੀ অপਸ਼ਨ A ਰਾਈਟ ਆਨਸਰ ਕਾਫੀ ਇੰਪੋਰਟੈਂਟ ਕੁਐਸਚਨ ਹੈ ਇਹ ਆ ਸਕਦਾ ਲੋਕ ਸਭਾ ਦੇ ਪਹਿਲੇ ਸਪੀਕਰ ਕੌਣ ਸਨ ਲੋਕ ਸਭਾ ਦੇ ਪਹਿਲੇ ਮੇਲ ਸਪੀਕਰ ਕੌਣ ਸਨ ਸਹੀ ਉੱਤਰ ਹੋ ਜਾਏਗਾ ਗਣੇਸ਼ 바ਸੂਦੇਵ ਮਾਵਲੰਕਰ ਠੀਕ ਹੈ ਜੀ ਵੀ ਮਾਵਲੰਕਰ ਫੁੱਲ ਫਾਰਮ ਹੈ ਇਸ ਦੀ ਜੀ ਵੀ ਦੀ ਗਣੇਸ਼ 바ਸੂਦੇਵ ਮਾਵਲੰਕਰ ਰਾਜ ਸਭਾ ਦੇ ਮੈਂਬਰਾਂ ਦਾ ਕਾਰਜਕਾਲ ਕਿੰਨੇ ਸਮੇਂ ਦਾ ਹੁੰਦਾ ਹੈ? ਰਾਜ ਸਭਾ ਦੇ ਮੈਂਬਰਾਂ ਦਾ ਕਾਰਜਕਾਲ ਹੁੰਦਾ ਹੈ 6 ਸਾਲ। ਠੀਕ ਹੈ? অপਸ਼ਨ ਡੀ ਰਾਈਟ ਆਨਸਰ ਹੋ ਜਾਏਗਾ। ਲੋਕ ਸਭਾ ਦੇ ਮੈਂਬਰਾਂ ਦਾ ਕਾਰਜਕਾਲ ਕਿੰਨਾ ਹੁੰਦਾ ਏ? 5 ਸਾਲ। ਠੀਕ ਹੈ? ਤੁਸੀਂ ਇਸੇ ਨੂੰ ਕਿਵੇਂ ਯਾਦ ਰੱਖਣਾ ਹੈ? ਰਾਜਾ ਕੀ ਹੁੰਦਾ ਏ ਵੱਡਾ। ਠੀਕ ਹੈ? ਇੰਨਾਕ ਤਾਂ ਸਭ ਨੂੰ ਪਤਾ ਹੀ ਹੁੰਦਾ ਏ ਕਿ ਜੋ ਕਾਰਜਕਾਲ ਹੁੰਨੇ ਆ ਕਿਸੇ ਪ੍ਰਧਾਨ ਮੰਤਰੀ ਦਾ ਏ ਰਾਸ਼ਟਰਪਤੀ ਦਾ ਉਹ ਲਗਭਗ 5 ਕ ਸਾਲ ਦਾ ਹੁੰਦਾ ਏ ਠੀਕ ਹੈ ਹੁਣ ਜਿਹੜੀ ਰਾਜ ਸਭਾ ਏ ਉਸ ਦਾ ਕਾਰਜਕਾਲ ਹੁੰਦਾ ਏ 6 ਸਾਲ ਠੀਕ ਹੈ ਸੋ ਰਾਜਾ ਕੀ ਹੁੰਦਾ ਏ ਵੱਡਾ ਇਸ ਤੋਂ ਤੁਸੀਂ ਯਾਦ ਰੱਖ ਸਕਦੇ ਹੋ ਕਿ ਜਿਹੜਾ ਰਾਜ ਸਭਾ ਦਾ ਕਾਰਜਕਾਲ ਏ ਉਹ 6 ਸਾਲ ਦਾ ਹੁੰਦਾ ਏ ਲੋਕ ਸਭਾ ਦਾ ਕਾਰਜਕਾਲ 5 ਸਾਲ ਦਾ ਹੁੰਦਾ ਏ ਠੀਕ ਹੈ ਪੇਪਰ ਵਿੱਚ ਤੁਸੀਂ ਗਲਤ ਨਹੀਂ ਕਰਨਾ 6 ਸਾਲ ਹੀ ਲਿਖਣਾ ਜੇ ਰਾਜ ਸਭਾ ਵਾਲਾ ਕੁਐਸਚਨ ਆਇਆ ਠੀਕ ਹੈ ਚਲੋ ਅੱਗੇ ਰਾਜ ਸਭਾ ਦਾ ਮੈਂਬਰ ਬਣਨ ਲਈ ਘੱਟੋ ਘੱਟ ਕਿੰਨੀ ਉਮਰ ਹੋਣੀ ਚਾਹੀਦੀ ਹੈ ਰਾਜ ਸਭਾ ਦਾ ਮੈਂਬਰ ਬਣਨ ਲਈ ਘੱਟੋ ਘੱਟ ਉਮਰ ਕਿੰਨੀ ਹੋਣੀ ਚਾਹੀਦੀ ਹੈ 30 ਸਾਲ ਠੀਕ ਹੈ ਲੋਕ ਸਭਾ ਦਾ ਮੈਂਬਰ ਬਣਨ ਲਈ 25 ਸਾਲ ਚਾਹੀਦੀ ਹੈ ਅਤੇ ਰਾਜ ਸਭਾ ਦਾ ਮੈਂਬਰ ਬਣਨ ਲਈ 30 ਸਾਲ ਠੀਕ ਹੈ ਇਸ ਨੂੰ ਵੀ ਤੁਸੀਂ ਇਸ ਤਰ੍ਹਾਂ ਯਾਦ ਰੱਖ ਸਕਦੇ ਹੋ ਕਿ ਰਾਜ ਸਭਾ ਇਹ ਜਿਹੜੀ ਉਹ ਵੱਡੀ ਹੁੰਦੀ ਹੈ ਅਤੇ ਲੋਕ ਸਭਾ ਮਤਲਬ ਕਿ ਹੇਠਲਾ ਸਦਨ ਹੁੰਦਾ ਏ ਠੀਕ ਹੈ ਸੋ ਰਾਜੇ ਤੋਂ ਤੁਸੀਂ ਯਾਦ ਰੱਖ ਸਕਦੇ ਹੋ ਕਿ 30 ਸਾਲ ਜਾਨੀ ਕਿ ਵੱਧ ਹੋਗੀ ਨੈਕਸਟ ਕੁਐਸਚਨ ਰਾਜ ਸਭਾ ਵਿੱਚ ਵੱਧ ਤੋਂ ਵੱਧ ਮੈਂਬਰਾਂ ਦੀ ਗਿਣਤੀ ਕਿੰਨੀ ਹੈ ਰਾਜ ਸਭਾ ਵਿੱਚ ਵੱਧ ਤੋਂ ਵੱਧ ਕਿੰਨੇ ਮੈਂਬਰ ਹੋ ਸਕਦੇ ਹਨ 250 অপਸ਼ਨ A ਰਾਈਟ ਆਨਸਰ ਹੋ ਜਾਏਗਾ ਅਤੇ ਲੋਕ ਸਭਾ ਦੇ ਵਿੱਚ ਕਿੰਨੇ ਹੋ ਸਕਦੇ ਆ 552 ਨੈਕਸਟ ਕੁਐਸਚਨ ਰਾਜ ਸਭਾ ਦੇ ਪਹਿਲੇ ਸਪੀਕਰ ਕੌਣ ਸਨ? ਰਾਜ ਸਭਾ ਦੇ ਪਹਿਲੇ ਸਪੀਕਰ ਕੌਣ ਸਨ? ਸਰਬਪੱਲੀ ਰਾਧਾ ਕ੍ਰਿਸ਼ਨਨ ਠੀਕ ਹੈ। অপশন এ রাইট आंसर ਹੋ ਜਾਏਗਾ। ਰਾਜ ਸਭਾ ਨੂੰ ਭੰਗ ਕੀਤਾ ਜਾ ਸਕਦਾ ਹੈ। ਰਾਜ ਸਭਾ ਨੂੰ ਭੰਗ ਕਿਸ ਦੁਆਰਾ ਕੀਤਾ ਜਾ ਸਕਦਾ ਹੈ? सही उत्तर हो जाएगा ऑप्शन डी उपरोक्त बच्चों कोई भी नहीं राजा भंग नहीं किया जा सकता क्योंकि यह एक स्थाई सदन है ठीक है राज्यसभा भंग नहीं किया जा सकता क्योंकि राज्यसभा स्थाई सदन है हाउस ऑफ द पीपल नो सभा का नाम कदों दिता गया काफ़ी इंपोर्टेंट क्वेश्चन है यह पुराने पेपर में आ चुका क्वेश्चन ਇਸ ਦਾ ਸਹੀ ਉੱਤਰ ਹੋ ਜਾਏਗਾ 1954 ਦੇ ਵਿੱਚ অপਸ਼ਨ B ਹੇਠ ਲਿਖਿਆ ਵਿੱਚੋਂ ਕਾਨੂੰਨਾਂ ਨੂੰ ਕੌਣ ਬਣਾਉਂਦਾ ਹੈ ਕਾਨੂੰਨਾਂ ਨੂੰ ਕੌਣ ਬਣਾਉਂਦਾ ਹੈ ਸਹੀ ਉੱਤਰ ਹੋ ਜਾਏਗਾ অপਸ਼ਨ C ਰਾਸ਼ਟਰਪਤੀ ਅਤੇ ਸੰਸਦ ਦੇ ਦੋਨੇ ਸਦਨ ਮਿਲ ਕੇ ਕਾਨੂੰਨ ਬਣਾਉਂਦੇ ਆ ਠੀਕ ਹੈ ਇਹ ਤਿੰਨੋਂ ਜਾਣੇ ਮਿਲ ਕੇ ਕਾਨੂੰਨ ਬਣਾਉਂਦੇ ਆ ਰਾਸ਼ਟਰਪਤੀ ਉੱਪਰਲਾ ਸਦਨ ਹੇਠਲਾ ਸਦਨ ਸੰਸਦ ਦੇ ਕਿਸੇ ਸਦਨ ਦੇ ਦੋ ਸਤਰਾਂ ਵਿੱਚ ਅੰਤਰਾਲ ਕਿਸ ਤੋਂ ਅਧਿਕ ਨਹੀਂ ਹੋਣਾ ਚਾਹੀਦਾ ਸੰਸਦ ਦੇ ਕਿੰਨੇ ਸਦਨ ਕਿੰਨੇ ਸਤਰ ਹੁੰਨੇ ਆ ਤਿੰਨ ਵਿੰਟਰ ਸਮਰ ਅਤੇ ਮਾਨਸੂਨ ਠੀਕ ਹੈ ਇਹਨਾਂ ਦੇ ਵਿੱਚ ਅੰਤਰਾਲ ਹੈ ਜੋ ਉਹ ਘਟ ਤੋਂ ਘਟ ਵੱਤ ਤੋਂ ਵੱਤ ਕਿੰਨਾ ਨਹੀਂ ਹੋਣਾ ਚਾਹੀਦਾ 6 ਮਹੀਨੇ ਦਾ ਠੀਕ ਹੈ ਜਿਵੇਂ ਕਿ ਮੰਨ ਲਓ ਕਿ ਸਮਰ ਤੋਂ ਜੋ ਵਿੰਟਰ ਦਾ ਅੰਤਰਾਲ ਹੈ ਉਹ 6 ਮਹੀਨੇ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਠੀਕ ਹੈ ਵਿੰਟਰ ਤੋਂ ਸਮਰ ਦਾ ਜਾਂ ਕੋਈ ਵੀ ਲਾ ਲਓ ਇਹਨਾਂ ਦੇ ਵਿਚੰਤਰ ਆ ਲੈ ਜੋ 6 ਮਹੀਨੇ ਤੋਂ ਜ਼ਿਆਦਾ ਨਹੀਂ ਹੋ ਸਕਦਾ ਭਾਰਤੀ ਸੰਸਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਕੀ ਹੈ ਕਾਫੀ ਇੰਪੋਰਟੈਂਟ ਕੁਐਸਚਨ ਹੈ ਵੀ ਆ ਚੁੱਕਿਆ ਪੁਰਾਣੇ ਪੇਪਰਾਂ ਵਿੱਚ ਇਸ ਦਾ ਸਹੀ ਉੱਤਰ ਹੋ ਜੇਗਾ ਇਸ ਵਿੱਚ ਰਾਸ਼ਟਰਪਤੀ ਸ਼ਾਮਿਲ ਹੈ অপਸ਼ਨ ਬੀ ਨੈਕਸਟ ਕੁਐਸਚਨ ਕਿਹੜਾ ਅਨੁਛੇਦ ਸੰਸਦ ਨੂੰ ਰਾਜ ਸੂਚੀ ਦੇ ਵਿਸ਼ਿਆਂ ਤੇ ਕਾਨੂੰਨ ਬਣਾਉਣ ਦਾ ਅਧਿਕਾਰ ਦਿੰਦਾ ਹੈ ਸਹੀ ਉੱਤਰ ਹੋ ਜਾਏਗਾ ਅਨੁਛੇਦ 249 অপਸ਼ਨ ਸੀ ਕਾਫੀ ਇੰਪੋਰਟੈਂਟ ਕੁਐਸਚਨ ਹੈ ਵੀ ਆ ਚੁੱਕਿਆ ਪੀਪਲਨ ਦੇ ਵਿੱਚ ਸੋ ਮੈਂ ਕਾਂਸਟੇਬਲ ਦੀ ਪਲੇਲਿਸਟ ਬਣਾਈ ਹੋਈ ਹੈ ਇੱਕ ਵਾਰੀ ਤੁਹਾਨੂੰ ਦਿਖਾ ਵੀ ਦਿੰਨਾ ਹੈ ਕਿਵੇਂ ਤੁਸੀਂ ਪਲੇਲਿਸਟ ਦੇਖਣੀ ਹੈ ਠੀਕ ਹੈ ਪਲੇਲਿਸਟ ਦੇਖਣ ਦੇ ਲਈ ਤੁਸੀਂ ਚੈਨਲ ਦੇ ਲੋਗੋ ਦੇ ਉੱਤੇ ਕਲਿੱਕ ਕਰੋ ਉਸ ਤੋਂ ਬਾਅਦ ਉੱਪਰ অপਸ਼ਨਸ ਆ ਜਾਣਗੇ ਹੋਮ ਵੀਡੀਓਜ਼ ਪਲੇਲਿਸਟ ਪਲੇਲਿਸਟ ਵਿੱਚ ਜਾ ਕੇ ਤੁਸੀਂ ਪੰਜਾਬ ਪੁਲਿਸ ਕਾਂਸਟੇਬਲ ਦੀ ਪਲੇਲਿਸਟ ਦੇਖ ਸਕਦੇ ਹੋ ਠੀਕ ਹੈ ਇਸ ਦੇ ਵਿੱਚ ਮੈਂ ਪੰਜਾਬ ਜੀ ਕੇ ਦਾ ਮੋਕ ਟੈਸਟ ਪਾਇਆ ਹੋਇਆ ਪੰਜਾਬੀ ਵਿਆਕਰਨ ਦੇ ਕੁਐਸਚਨ ਮਹੱਤਵਪੂਰਨ ਦੀਨ ਠੀਕ ਹੈ ਕੰਪਿਊਟਰ ਦੇ ਕੁਐਸਚਨ ਸੰਵਿਧਾਨ ਦੇ ਕੁਐਸਚਨ ਮੋਕ ਟੈਸਟ ਆਹ ਹਪਾ ਤੇ ਜਿਹੜਾ ਤੁਹਾਡਾ ਟੋਕੀਓ 올림픽 ਆ ਇਹ ਕਰੰਟ ਅਫੇਅਰ ਦੇ ਵਿੱਚ ਆ ਜਾਣਾ ਠੀਕ ਹੈ ਬਾਕੀ ਕਰੋਨਾ ਵਾਇਰਸ ਇਸ ਨੂੰ ਵੀ ਜ਼ਰੂਰ ਕਰਿਓ ਇਹ ਵੀ ਕਰੰਟ ਅਫੇਅਰ ਦਾ ਟੋਪਿਕ ਬਣੇਗਾ ਬਾਕੀ ਕਰੰਟ ਅਫੇਅਰ ਪਾਏ ਹੋਏ ਆ ਪੰਜਾਬ ਪੰਜਾਬ ਹਿਸਟਰੀ ਐਂਡ ਕਲਚਰ ਦਾ ਮੋਕ ਟੈਸਟ ਪਾਇਆ ਹੋਇਆ ਠੀਕ ਹੈ ਸੋ ਸਾਰੇ ਇਹ ਤੁਸੀਂ ਕੁਐਸਚਨ ਦੇਖ ਲਿਓ ਇਹਨਾਂ ਵਿੱਚੋਂ ਹੀ ਤੁਹਾਨੂੰ ਪੇਪਰ ਵਿੱਚ ਕੁਐਸਚਨ ਆ ਜਾਣੇ ਠੀਕ ਹੈ ਜਿੰਨੀਆਂ ਵੀ ਮੈਂ ਵੀਡੀਓ ਪਾਈਆਂ ਹੋਈਆਂ ਸਾਰੀਆਂ ਦੇਖ ਲਓ ਪੰਜਾਬ ਪੁਲਿਸ ਕਨਸਟੇਬਲ ਦੀ ਪਲੇਲਿਸਟ ਬਣ ਗਈ ਹੈ ਠੀਕ ਹੈ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਬਾਕੀ ਤੁਹਾਡੇ ਮੌਕ ਟੈਸਟ ਵੀ ਮੈਂ ਤਿਆਰ ਕਰ ਰਹੇ ਹਾਂ ਹਫਤੇ ਵਿੱਚ ਦੋ ਜਾਂ ਤਿੰਨ ਮੌਕ ਟੈਸਟ ਤੁਹਾਡੇ ਲਈ ਜਾਣਗੇ ਮਿਲਦੇ ਆਂ ਅਗਲੀ ਵੀਡੀਓ ਵਿੱਚ ਧੰਨਵਾਦ